ਹਰਪ੍ਰੀਤ ਸ਼ਰਮਾ ਤੇ SC ST ਤਹਿਤ ਪਰਚਾ ਕਰੋ, ਪਰਚਾ ਕਰੋ, ਪਰਚਾ ਸਾਡਾ ਇੱਕ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਸ਼ਰਮਾ ਤੇ ਪਰਚਾ ਦਰਜ ਕਰੋ, ਦਰਜ ਕਰੋ, ਦਰਜ ਕਰੋ। ਅਧਿਆਪਕ ਹਰਪ੍ਰੀਤ ਸ਼ਰਮਾ ਤੇ ਪਰਚਾ ਦਰਜ ਕਰੋ, ਦਰਜ ਕਰੋ, ਦਰਜ ਕਰੋ। 25 ਵਿਅਕਤੀ ਦੇ ਪਾਇਆ ਝੂਠਾ ਪਰਚਾ ਰੱਦ ਕਰੋ, ਰੱਦ ਕਰੋ, ਰੱਦ ਕਰੋ। ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਦੀ ਦੁਆਰੇ ਨਹੀਂ ਅਰਜ ਕਰੋ, ਨਹੀਂ ਅਰਜ ਕਰੋ, ਨਹੀਂ ਅਰਜ ਕਰੋ। ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਬਰਨਾਲਾ ਦੇ ਪਿੰਡ ਨਾਈਵਾਲਾਂ ਦੀਆਂ, ਜਿੱਥੇ ਜਨਾਬ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਪਿੰਡ ਦੀ ਪੂਰੀ ਪੰਚਾਇਤ ਸਣੇ ਕਿੰਨੇ ਹੀ ਪਿੰਡ ਵਾਸੀ ਅੱਜ ਪਿੰਡ ਦੀ ਟੈਂਕੀ 'ਤੇ ਚੜੇ ਬੈਠੇ ਨੇ ਅਤੇ ਜਿਹੜੇ ਉੱਤੇ ਨਹੀਂ ਬੈਠੇ ਉਹ ਥੱਲੇ ਧਰਨਾ ਦੇ ਰਹੇ ਨੇ। ਪੁਲਿਸ ਨੇ ਪਿੰਡ ਦੇ 25 ਬੰਦਿਆਂ ਦੇ ਖਿਲਾਫ਼ ਧਰਨਾ ਦੇਣ ਨੂੰ ਲੈ ਕੇ ਹੀ ਮਾਮਲਾ ਦਰਜ ਕੀਤਾ ਹੋਇਆ। ਸਕੂਲ ਦੇ ਛੋਟੇ ਛੋਟੇ ਬੱਚਿਆਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ। ਹੁਣ ਇੱਥੇ ਅਸਲ 'ਚ ਸਾਰਾ ਰੌਲਾ ਕਿੱਥੋਂ ਸ਼ੁਰੂ ਹੋਇਆ ਉਹ ਸੁਣੋ। ਜਿੱਥੇ ਪਿੰਡ ਵਾਲਿਆਂ ਦੇ ਇਲਜ਼ਾਮਾਂ ਮੁਤਾਬਕ ਜਦੋਂ ਸਕੂਲ ਦੇ ਇੱਕ ਅਧਿਆਪਕ ਨੂੰ ਮਾਸਟਰ ਨੂੰ ਰੰਜਿਸ਼ ਦੇ ਤਹਿਤ ਜਾਤੀ ਸੂਚਕ ਸ਼ਬਦ ਬੋਲ ਕੇ ਦੂਜੇ ਅਧਿਆਪਕਾਂ ਨੇ ਗਾਲਾਂ ਕੱਢ ਕੇ ਸਕੂਲ 'ਚੋਂ ਬਾਹਰ ਕਿਤੇ ਹੋਰ ਭਿਜਵਾ ਦਿੱਤਾ ਅਤੇ ਉਸ ਦੀ ਵਾਪਸੀ ਲਈ ਪਿੰਡ ਵਾਲਿਆਂ ਨੇ ਧਰਨਾ ਲਗਾਇਆ ਹੋਇਆ ਸੀ ਅਤੇ ਪੁਲਿਸ ਨੇ ਉਲਟਾ ਧਰਨਾ ਦਿੰਦੇ 25 ਬੰਦਿਆਂ ਦੇ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਅਤੇ ਹੁਣ ਆਪਣੀਆਂ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਹ ਪੂਰਾ ਪਿੰਡ ਹੀ ਲਗਭਗ ਧਰਨੇ 'ਤੇ ਬੈਠ ਗਿਆ। ਕੋਈ ਟੈਂਕੀ 'ਤੇ ਚੜਿਆ ਬੈਠਾ ਹੈ ਅਤੇ ਕੋਈ ਥੱਲੇ। ਤੁਸੀਂ ਵੀ ਸੁਣੋ ਕੀ ਕਹਿਣਾ ਸੀ ਇਹਨਾਂ ਦਾ। ਅਧਿਆਪਕ ਜਤਿੰਦਰ ਸਿੰਘ ਦੀ ਜਾਤੀਵਾਦ ਰੰਜਿਸ਼ ਤਹਿਤ ਬਦਲੀ ਕੀਤੀ ਗਈ ਸੀ ਜੀ, ਅਤੇ ਜਿਹਦੇ ਵਿੱਚ ਅਧਿਆਪਕ ਹਰਪ੍ਰੀਤ ਸ਼ਰਮਾ ਸ਼ਾਮਿਲ ਸੀ। ਅਤੇ ਜਦੋਂ ਅਸੀਂ ਅਧਿਕਾਰੀਆਂ ਨੂੰ ਮਿਲੇ ਤਾਂ ਹਰਪ੍ਰੀਤ ਸ਼ਰਮਾ ਨੇ ਜੀ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਜਾਤੀ ਸੂਚਕ ਗੰਦੀਆਂ ਗਾਲਾਂ ਕੱਢੀਆਂ ਜੀ। ਅਤੇ ਜਦੋਂ ਅਸੀਂ ਸ਼ਾਂਤੀਪੂਰਵਕ ਧਰਨਾ ਦੇ ਰਹੇ ਸੀਗੇ ਤਾਂ ਉਲਟਾ ਪੁਲਿਸ ਨੇ ਜਾਤੀ ਸੂਚਕ ਗਾਲਾਂ ਕੱਢਣ ਵਾਲੇ ਅਧਿਆਪਕ 'ਤੇ ਪਰਚਾ ਦਰਜ ਕਰਨ ਦੀ ਬਜਾਏ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਉੱਤੇ ਹੀ ਪਰਚਾ ਦਰਜ ਕਰਤਾ ਜੀ। 25 ਬੰਦੇ ਜਤਿੰਦਰ ਸਿੰਘ ਜੀ ਇਹੋ ਜਿਹੇ ਇਨਸਾਨ ਸੀ ਜਿਹੜੇ ਕਿ ਆਪਣੇ ਸਮੇਂ ਤੋਂ 2 ਘੰਟੇ ਪਹਿਲਾਂ ਕਿ ਬੱਚਿਆਂ ਨੂੰ ਫ੍ਰੀ ਟਿਊਸ਼ਨ ਦਿੰਦੇ ਸੀ, 2 ਘੰਟੇ ਬਾਅਦ ਦੇ ਵਿੱਚ ਜੀ ਬੱਚਿਆਂ ਨੂੰ ਕੋਈ ਬੂਟ, ਜਰਾਬਾਂ, ਕੋਟੀਆਂ, ਕਿਸੇ ਦੀ ਕੋਈ 1500 ਰੁਪਇਆ ਫੀਸ ਆ, ਕੋਈ ਕੁਛ ਵੀ ਆ, ਇਹੋ ਜਿਹੇ ਮਤਲਬ ਕਿ ਮਾਨਵਤਾ ਭਲਾਈ ਦੇ ਉਹ ਬੰਦਾ ਉਹ ਕੰਮ ਕਰਦਾ ਸੀਗਾ ਜੀ। ਉਹ ਇਹੀ ਮੰਗ ਕਰਦਾ ਜੀ ਹਰਪ੍ਰੀਤ ਸ਼ਰਮਾ ਦੇ ਉੱਤੇ SC ST ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ, ਨੌਕਰੀਓਂ ਬਰਖਾਸਤ ਕੀਤਾ ਜਾਵੇ ਅਤੇ ਅਧਿਆਪਕ ਜਤਿੰਦਰ ਸਿੰਘ ਦੀ ਬਦਲੀ ਦੁਬਾਰੇ ਨਾਈਵਾਲ ਪਿੰਡ ਦੇ ਵਿੱਚ ਕੀਤੀ ਜਾਵੇ ਅਤੇ ਪਿੰਡ ਦੇ 25 ਵਿਅਕਤੀਆਂ 'ਤੇ ਜੋ ਪਰਚਾ ਦਰਜ ਕੀਤਾ ਗਿਆ ਜੀ ਅਤੇ ਉਹ ਰੱਦ ਕੀਤਾ ਜਾਵੇ। ਅਤੇ ਜਦ ਤੱਕ ਜੀ ਇਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ, ਸਾਡੀ ਹੱਕੀ ਮੰਗਾਂ ਨੇ ਅਤੇ ਚਾਹੇ ਸਾਨੂੰ ਇੱਥੇ ਜਦੋਂ ਤੱਕ ਮਰਜ਼ੀ ਰਹਿਣਾ ਪਵੇ, ਇਦੋਂ ਸੰਘਰਸ਼ ਅਸੀਂ ਹੋਰ ਤੇਜ਼ ਕਰਾਂਗੇ ਆਪਣੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ, ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ। ਉੱਥੇ ਦੂਜੇ ਪਾਸੇ ਮਾਮਲਾ ਵਧਣ ਅਤੇ ਮਾਮਲੇ ਨੂੰ ਸੁਲਝਾਉਣ ਲਈ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਆ, ਉਹ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦਾ ਇਸ 'ਤੇ ਕੀ ਕਹਿਣਾ ਸੀ। ਉਸਦੇ ਸੰਬੰਧ ਵਿੱਚ ਮੈਨੂੰ ਜ਼ਿਲ੍ਹਾ ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫਸਰ ਨੇ ਭੇਜਿਆ ਕਿ ਆਪਣੇ ਸਟਾਫ ਦੇ ਸਾਰਿਆਂ ਦੇ ਦੁਬਾਰਾ ਉਹਨਾਂ ਦੀ ਲੈ ਲਿੱਤੀ ਜਾਵੇ, ਲਿਖਤੀ ਰੂਪ 'ਚ ਬਿਆਨ ਲਿੱਤੇ ਜਾਣ। ਉਹ ਲਿਖਤੀ ਬਿਆਨ ਲੈ ਲਿੱਤੇ ਨੇ, ਰਿਪੋਰਟ ਅਸੀਂ ਬਣਾ ਕੇ ਹੁਣ DO ਸਾਹਿਬ ਨੂੰ ਸਬਮਿਟ ਕਰ ਦੇਣੀ ਹੈ, ਉਸ ਤੋਂ ਬਾਅਦ DO ਸਾਹਿਬ ਅਗਲੀ ਕਾਰਵਾਈ ਕਰਨਗੇ ਅਤੇ ਉਹਨਾਂ ਨੂੰ ਦੱਸ ਦਿੱਤਾ ਜਾਵੇਗਾ। ਪੂਰੇ ਹਾਲਾਤ ਜਾਣਨ ਦੀ ਕੋਸ਼ਿਸ਼ ਕੀਤੀ, ਕੀ ਹਾਲਾਤ ਹੈ, ਕੀ ਮੰਗ ਹੈ ਇਹਨਾਂ ਦੀ? ਦੇਖੋ ਜੀ, ਮੈਨੂੰ ਤਾਂ ਜੋ ਰਿਪੋਰਟ 'ਚ ਲਿਖਿਆ ਕਿ ਇਹਨਾਂ ਨੇ ਸਰਪੰਚ ਵਾਲਿਆਂ ਨੇ, ਪਿੰਡ ਵਾਲਿਆਂ ਨੇ ਸ਼ਿਕਾਇਤ ਕੀਤੀ ਹੈਗੀ ਜਤਿੰਦਰ ਸਰ ਨੂੰ ਵਾਪਸ ਲਿਆਉਣ ਵਾਸਤੇ ਮੰਗ ਕੀਤੀ ਅਤੇ ਉਹਦੇ ਸੰਬੰਧ 'ਚ ਮੈਂ ਇਨਕੁਆਇਰੀ ਕੀਤੀ, ਬਿਆਨ ਲਿੱਤੇ ਨੇ ਚਾਹੁੰਦੇ ਨੇ। ਇੱਥੇ ਕਹਿੰਦੇ ਜਤਿੰਦਰ ਸਰ ਉਹ ਕਹਿ ਰਹੇ ਨੇ ਕਿ ਮਿਹਨਤੀ ਟੀਚਰ ਹੈ, ਕਿਉਂਕਿ ਮੈਂ ਵੀ ਤਾਂ ਮੈਨੂੰ ਤਾਂ ਬਸ ਇੱਥੇ ਆ ਕੇ ਪਹਿਲਾਂ ਉਹ ਸਾਰੇ ਲਿਖੇ ਦਿੰਦੇ ਕਿ ਮਿਹਨਤੀ ਟੀਚਰ ਹੈ, ਅੱਛਾ ਅਧਿਆਪਕ ਹੈਗਾ ਅਤੇ ਉਹ ਕਹਿ ਰਹੇ ਨੇ ਕਿ ਆਪਣਾ ਉਹਨੂੰ ਵਾਪਸ ਲੈਣਾ ਚਾਹੀਦਾ। ਮੈਂ ਇਹਨਾਂ ਨੂੰ ਇਹ ਕਹਿੰਦੇ ਨੇ ਤੁਹਾਨੂੰ ਵਾਪਸ ਆ, ਮੈਂ ਤੁਹਾਨੂੰ ਇਹ ਕਿਹਾ ਕਿ ਮੈਨੂੰ ਤਾਂ ਇਨਕੁਆਇਰੀ ਅਫਸਰ ਲਗਾਇਆ ਗਿਆ ਅਤੇ ਸਾਰੇ ਅਧਿਆਪਕ ਸਾਹਿਬਾਂ ਦੇ ਬਿਆਨ ਲੈ ਲਿੱਤੇ ਗਏ ਨੇ ਅਤੇ ਜਿਹੜੇ ਬਿਆਨ ਉਹਨਾਂ ਨੇ ਦਿੱਤੇ ਨੇ ਉਹ ਅਸੀਂ DO ਸਾਹਿਬ ਨੂੰ ਸਬਮਿਟ ਕਰ ਦੇਣੇ ਨੇ। ਉਸ ਤੋਂ ਬਾਅਦ ਅੱਗੇ ਉਹ ਜੋ ਉਹਨਾਂ ਰਿਪੋਰਟ ਬਣਾਉਣੀ ਹੈ, ਜਿਹੜਾ ਕੀ ਹੈ ਡਿਪਾਰਟਮੈਂਟਲ ਵੱਲੋਂ ਜਿਹੜੀ ਹੋਈ, ਇਹ ਵੈਸੇ ਤਾਂ ਹੋਈ ਡਿਪਾਰਟਮੈਂਟਲ ਵੱਲੋਂ ਹੈਗੀ ਟ੍ਰਾਂਸਫਰ ਅਤੇ DO ਸਰ ਅਗਲੀ
ਇਹਦੀ ਰਿਪੋਰਟ ਭੇਜ ਕੇ ਅੱਗੇ ਸਬਮਿਟ ਕਰ ਦਿੰਦੇ। ਕਾਫੀ ਦਿਨ ਹੋ ਗਏ ਮਸਲੇ ਨੂੰ ਚੱਲਦੇ ਨੂੰ, ਪਿੰਡ ਦੇ 25 ਬੰਦਿਆਂ ਤੇ ਮਾਮਲਾ ਵੀ ਦਰਜ ਹੋ ਗਿਆ, ਪਰ ਸਿੱਖਿਆ ਅਧਿਕਾਰੀ ਇੱਥੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਨਹੀਂ, ਸਿੱਖਿਆ ਅਧਿਕਾਰੀ ਨੇ ਸਾਨੂੰ ਭੇਜਿਆ ਨਾ, ਅਸੀਂ 2 ਦਿਨ ਪਹਿਲਾਂ ਵੀ ਆਏ ਸੀ ਟੈਂਕੀ ਤੇ ਚੜੇ ਆ, ਕਿਉਂ ਚੜੇ ਤੁਸੀਂ ਇੱਥੇ? ਨਹੀਂ ਅਸੀਂ ਆਏ ਹਾਂ ਨਾ, ਮੈਂ ਤਾਂ ਹੀ ਉਹਨਾਂ ਨੂੰ ਕਰ ਰਹੀ ਹਾਂ ਨਾ, ਤੁਸੀਂ ਨੀਚੇ ਆ ਜਾਓ। ਪਰ ਮੇਰੀ ਗੱਲ ਸੁਣ, ਸਿੱਖਿਆ ਅਧਿਕਾਰੀਆਂ ਨੇ ਤਾਂ ਮੈਨੂੰ ਭੇਜਿਆ ਇੱਥੇ, ਹੈ ਨਾ, ਉਹਨਾਂ ਦੇ ਬਿਹਾਫ 'ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਬੇਨਤੀ ਕੀਤੀ ਵੀ ਤੁਸੀਂ ਆ ਜਾਓ ਥੱਲੇ, ਆਪਾਂ ਟੇਬਲ ਟਾਕ ਕਰ ਲੈਂਦੇ ਬੈਠ ਕੇ, ਹੈ ਨਾ। ਉੱਧਰ ਪਰਚਾ ਦਰਜ ਕਰਨ ਦੀ ਗੱਲ 'ਤੇ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਉਹ ਵੀ ਤੁਸੀਂ ਜ਼ਰੂਰ ਸੁਣੋ। ਪਰ ਸਾਡੇ ਪਰਚਾ ਦਰਜ ਕਰਨ ਵਾਲੀ ਜਿੱਥੋਂ ਤੱਕ ਕੈਂਸਲ ਕਰਨ ਵਾਲੀ ਗੱਲ ਹੈ, ਉਹ ਇਹਨਾਂ ਨੇ ਸਾਡੇ SSP ਸਾਹਿਬ ਕੋਲ ਦਰਖਾਸਤ ਦਿੱਤੀ ਹੋਈ ਹੈ, ਜਿਹਦੀ ਪੜਤਾਲ ਜਾਂ ਤਫਤੀਸ਼ DSP ਹੈੱਡਕੁਆਰਟਰ ਸਾਹਿਬ ਕਰ ਰਹੇ ਨੇ, ਜਿਨ੍ਹਾਂ ਨੇ ਇਹਨਾਂ ਨੂੰ ਅੱਜ ਹੀ ਕਾਲ ਕੀਤੀ ਹੈ। ਇਹ ਆਪਣੇ ਫੈਕਟ ਦੱਸਣਗੇ ਅਤੇ ਪਰਚਾ ਸਹੀ ਦਰਜ ਹੋਇਆ ਝੂਠਾ ਦਰਜ ਹੋਇਆ ਉਹੀ ਜੀ ਅੱਗੇ ਤਫਤੀਸ਼ ਕੀਤੀ ਜਾਊਗੀ। ਮੌਕੇ ਦੇ ਕੀ ਹਾਲਾਤ ਲੱਗਦੇ ਨੇ ਜੀ? ਮੌਕੇ ਦੇ ਹਾਲਾਤ ਨੇ, ਦੇਖੋ ਇਹ ਇੱਥੇ ਅੱਜ ਇਸ ਰੋਜ਼ ਵਜੋਂ ਬੈਠੇ ਨੇ ਟੈਂਕੀ 'ਤੇ, ਇਹਨਾਂ ਦਾ ਪੀਸਫੁਲੀ ਨੇ, ਸ਼ਾਂਤਮਈ ਚੱਲ ਰਿਹਾ, ਅਤੇ ਅਸੀਂ ਇਹਨਾਂ ਦੀ ਪ੍ਰੋਟੈਕਸ਼ਨ ਲਈ ਇੱਥੇ ਹਾਜ਼ਰ। ਜਿਵੇਂ ਜਾਤੀ ਸ਼ਬਦ ਬਾਰੇ ਦੱਸ ਰਹੇ ਆ, ਉਹ ਇੱਕ ਹੋਰ ਟੀਚਰ ਹੈ ਕੋਈ, ਹਰਪ੍ਰੀਤ ਸ਼ਰਮਾ, ਉਹਦੇ ਅਗੇਂਸਟ ਇਹਨਾਂ ਨੇ ਪਹਿਲੇ ਕੋਈ ਐਪਲੀਕੇਸ਼ਨ ਨਹੀਂ ਸੀ ਦਿੱਤੀ, ਉਸ ਦਿਨ ਐਪਲੀਕੇਸ਼ਨ ਦਿੱਤੀ ਹੈ, ਉਹਦੀ ਵੀ ਇਨਵੈਸਟੀਗੇਟ ਉਸ ਮਸਲੇ ਨੂੰ ਜਿਹੜੇ DSP ਹੈੱਡਕੁਆਰਟਰ ਸਾਹਿਬ ਕਰ ਰਹੇ ਨੇ। ਹੁਣ ਇੱਥੇ ਵੇਖਣ ਵਾਲੀ ਗੱਲ ਹੈ ਕਿ ਪਿੰਡ 'ਚ ਸਕੂਲ ਦੀ ਟੀਚਰ ਦੀ ਬਦਲੀ, ਗਾਲਾ ਕੱਢਣ, ਜਾਤੀ ਸੂਚਕ ਸ਼ਬਦ ਬੋਲਣ ਅਤੇ 25 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਹੋਣ ਦੇ ਇਸ ਮਾਮਲੇ 'ਤੇ ਜਾਂਚ ਦੇ ਬਾਅਦ ਕੀ ਸਾਹਮਣੇ ਆਉਂਦਾ ਹੈ ਅਤੇ ਅੱਗੇ ਜਾ ਕੇ ਕੀ ਕਾਰਵਾਈ ਹੁੰਦੀ ਹੈ। ਬਰਨਾਲਾ ਤੋਂ ਬਾਲਕ੍ਰਿਸ਼ਨ ਗੋਇਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156508 ਤੇ। ਥੈਂਕ ਯੂ।